ਅਗਸਤ ਵਿੱਚ ਦੱਖਣੀ ਪੱਛਮੀ ਮਾਨਸੂਨ ਨਾਲ ਤਬਾਹ ਹੋ ਚੁੱਕੇ ਕੇਰਲ ਵਿੱਚ ਦੱਖਣੀ ਪੂਰਵੀ ਅਰਬ ਸਾਗਰ ਵਿੱਚ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਨਾਲ ਹੋਰ ਬਾਰਿਸ਼ ਹੋਣ ਦੀ ਆਸ਼ੰਕਾ ਹੈ। ਇਸ ਦੇ ਹੀ ਨਾਲ ਰਾਜ ਸਰਕਾਰ ਨੇ ਆਪਦਾ ਪ੍ਰਬੰਧਨ ਦੀ ਤਿਆਰੀ ਵਧਾ ਦਿੱਤੀ ਹੈ। ਕੇਰਲ ਦੇ ਗੁਆਂਢੀ ਰਾਜ ਤਾਮਿਲਨਾਡੂ ਨੇ ਭਾਰਤੀ ਮੌਸਮ ਵਿਭਾਗ ਦੇ ਇਸ ਅਨੁਮਾਨ ਤੋਂ ਬਾਅਦ ਰਾਜ ਵਿੱਚ 7 ਅਕਤੂਬਰ ਨੂੰ ਜ਼ਿਆਦਾਤਰ ਥਾਵਾਂ 'ਤੇ ਬੂੰਦਾਬਾਂਦੀ ਬਾਰਿਸ਼ ਅਤੇ ਕੁਝ ਥਾਵਾਂ 'ਤੇ ਭਿਆਨਕ ਬਾਰਿਸ਼ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਘੱਟ ਦਬਾਅ ਦਾ ਖੇਤਰ ਮਜ਼ਬੂਤ ਹੋ ਕੇ ਤੇਜ਼ ਚੱਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ ਅਤੇ ਕੇਰਲ ਦੇ ਕਈ ਹਿੱਸਿਆਂ ਵਿੱਚ ਭਿਆਨਕ ਬਾਰਿਸ਼ ਹੋ ਸਕਦੀ ਹੈ।